पहुंचे हैं हल्का दाखा पिंड गुजरवाल एरिया में। तो यहाँ पे हर पार्टीज अपनी अपनी कैंपेनिंग में लगी हुई है, चुनाव बहुत ही नज़दीक है और ग्राउंड जीरो रिपोर्ट के तहत आज हम यहाँ के लोगों से जानेंगे कि किस तरीके की समस्याएं उन्हें पेश आ रही हैं। सत श्री अकाल मैम जी, की हाल है तुहाडे? ठीक है बेटे। तो मैम तुसी की कहना चाहोगे, जिदा हर चुनावी पार्टी अपने अपने प्रचार से लगी हुई ने और पिछली बार जदों रवनीत बिट्टू जी जीते सी MP बन के, तो तुहानू की लगता है कि तुहाडे पिंड च किन्ना कुछ सुधार होया? ਕੀ ਕਹੀਏ ਅਸੀਂ, ਕਿੰਨਾ ਕੁ ਸੁਧਾਰ ਹੈ ਤੁਹਾਨੂੰ ਪਤਾ ਹੀ ਹੈ, ਕੁਛ ਨਹੀਂ, ਕੋਈ ਖਾਸ ਨਹੀਂ ਕੋਈ ਕਰਦਾ, ਐਵੇਂ ਕਹੀਏ ਬਣ ਜਾਂਦੇ ਨੇ, ਬੂਟਾ ਬੂਟਾ ਲੈ ਲੈਂਦੇ ਨੇ, ਕੁਛ ਨਹੀਂ ਨਾ ਨਹੀਂ ਨਾ। ਅਤੇ ਹੁਣ ਜਿੱਦਾਂ ਕੈਂਪੇਨਿੰਗ ਹੋ ਰਹੀ ਹੈ ਕੈਪਟਨ ਸੰਦੀਪ ਸੰਧੂ ਜੀ ਵੱਲੋਂ, ਅਤੇ ਤੁਹਾਨੂੰ ਲੱਗਦਾ ਉਹਨਾਂ ਦੇ ਆਉਣ ਤੋਂ ਬਾਅਦ ਕੁਛ ਸੁਧਾਰ ਹੋਏਗਾ? ਬਾਕੀ ਦੇਖਿਆ ਜਾਵੇਗਾ, ਹੁਣ ਜਿੱਤੇ ਤਾਂ ਪਤਾ ਲੱਗੂਗਾ ਕੀ ਬਣਦਾ ਕੀ ਨਹੀਂ ਗਾ, ਹੈ ਨਾ, ਪਹਿਲਾਂ ਤਾਂ ਕਹਿ ਨਹੀਂ ਸਕਦੇ। ਹਾਂਜੀ ਉਹੀ ਹੈ। ਸਤਿ ਸ਼੍ਰੀ ਅਕਾਲ ਮੈਮ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਜੀ ਕੁਛ ਨਹੀਂ ਕਹਿਣਾ ਚਾਹੁੰਦੀ, ਮੈਂ ਇੰਨੀ ਪੜ੍ਹੀ ਲਿਖੀ ਹਾਂ, ਮੈਂ ਬੇਰੁਜ਼ਗਾਰ ਹਾਂ, ਜਾਂ ਕੋਈ ਨੌਕਰੀ ਨਹੀਂ ਮਿਲਦੀ, ਕੁਛ ਹੋਰ ਨੌਕਰੀ ਕੋਈ ਕੁਛ ਨਹੀਂ ਹੁੰਦਾ ਹੈਗਾ, ਜਾਂ ਸਾਨੂੰ ਨੌਕਰੀਆਂ ਮਿਲਣ ਜਾਂ ਕੁਛ ਹੋਰ ਮੁੜੇ, ਫਿਰ ਤਾਂ ਅਸੀਂ ਕਹਿ ਸਕਦੇ ਹਾਂ ਵੀ ਹਾਂ ਕੁਛ ਕਰਦੇ ਆ ਸਾਡੇ ਲਈ, ਸਾਡੇ ਲਈ ਕੁਛ ਨਹੀਂ ਹੋ ਰਿਹਾ। ਅਤੇ ਜਦੋਂ ਬਿੱਟੂ ਜੀ ਜਿੱਤੇ ਸੀ ਉਸ ਤੋਂ ਬਾਅਦ, ਪਹਿਲੇ ਤਾਂ ਜਿੱਦਾਂ ਉਹ ਬਹੁਤ ਆਏ, ਉਹਨੇ ਕੈਂਪੇਨਿੰਗ ਕਰਨ ਲਈ, ਇਸ ਤੋਂ ਬਾਅਦ ਉਹਨਾਂ ਨੇ ਆ ਕੇ ਇੱਥੇ ਕਿਸੇ ਨੂੰ ਪੁੱਛਣ ਦੀ ਜਾਂ ਲੋਕਾਂ ਦੀ ਪਰੇਸ਼ਾਨੀਆਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ? ਉਸ ਤੋਂ ਬਾਅਦ ਇੱਥੇ ਕੋਈ ਨਹੀਂ ਆਇਆ, ਜਦੋਂ ਵੋਟਾਂ ਹੁੰਦੀਆਂ ਨੇ ਸਾਰੇ ਉਦੋਂ ਹੀ ਆਉਂਦੇ ਆ, ਕੋਈ ਨਹੀਂ ਆਉਂਦਾ, ਕੋਈ ਨਹੀਂ ਆਉਂਦਾ। ਚਲੀ ਠੀਕ ਹੈ ਮੈਮ, ਤੁਸੀਂ ਕੁਛ ਕਹਿਣਾ ਚਾਹੋਗੇ ਮੈਮ? ਮੈਂ ਤਾਂ ਕੁਛ ਨਹੀਂ ਕਹਿੰਦੀ ਹੈਗੀ, ਕੁਛ ਨਹੀਂ, ਮਤਲਬ ਕੁਛ ਵੀ ਜੋ ਤੁਹਾਡੇ ਦਿਲ 'ਚ ਤੁਸੀਂ ਦੱਸੋ ਕਿ ਕੀ ਤੁਹਾਡੇ ਪਿੰਡ 'ਚ ਕਿੱਦਾਂ ਦੀ ਸਮੱਸਿਆ ਤੁਹਾਨੂੰ ਮਤਲਬ ਡੇਲੀ ਬੇਸਿਸ 'ਤੇ ਤੁਸੀਂ ਦੇਖਦੇ ਹੋ? ਸਮੱਸਿਆ ਠੀਕ ਹੈ, ਬਸ ਇੰਨੀ ਵਧੀਆ ਨਹੀਂ ਹੈਗੀ ਸਮੱਸਿਆ, ਵੋਟਾਂ ਵੇਲੇ ਸਾਰੇ ਭੱਜੇ ਆਉਂਦੇ ਨੇ, ਬਾਅਦ 'ਚ ਕੋਈ ਨਹੀਂ ਪੁੱਛਦਾ, ਉਸ ਤੋਂ ਬਾਅਦ ਕੁਛ ਨਹੀਂ। ਅਤੇ ਤੁਸੀਂ ਦੇਖਿਆ ਐਸੇ ਗੁਜਰਵਾਲ ਪਿੰਡ ਦੇ ਕੁਛ ਲੋਕ ਜਿਨ੍ਹਾਂ ਨੇ ਆਪਣੀ ਸਮੱਸਿਆਵਾਂ ਬਾਰੇ ਦੱਸਿਆ, ਅਤੇ ਆਈਏ ਚਲੀਏ ਤੁਹਾਨੂੰ ਕੁਛ ਹੋਰ ਲੋਕਾਂ ਨਾਲ ਵੀ ਮਿਲਵਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿੱਦਾਂ ਹੁਣ ਇਲੈਕਸ਼ਨ ਨੇੜੇ ਆ ਰਹੇ ਹੈ, ਕੈਂਪੇਨਿੰਗ ਚੱਲ ਰਹੀ ਹੈ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ 'ਚ ਕਿੰਨਾ ਕੁ ਸੁਧਾਰ ਹੋਇਆ ਜਦ ਰਵਨੀਤ ਸਿੰਘ ਬਿੱਟੂ ਜੀ ਜਿੱਤੇ ਸੀ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿੰਨਾ ਕੁ ਸੁਧਾਰ ਹੋਇਆ ਪਿੰਡ 'ਚ? ਇਹ ਜੀ ਆਪਣੇ ਜੋ ਮਨਪ੍ਰੀਤ ਆਈ ਖੜਾ ਸੀ, ਉਸ ਮੌਕੇ ਬਹੁਤ ਕੰਮ ਹੋਇਆ ਜੀ, ਉਹਦੇ ਬਾਅਦ ਜਿਹੜੀ ਕਾਂਗਰਸ ਸਰਕਾਰ ਆਉਂਦੀ ਆ ਇਹ ਥੋੜ੍ਹੇ ਘੱਟ ਕਰ ਰਹੀ ਹੈ ਜੀ। ਹਾਂਜੀ, ਗਰੀਬ ਬਾਰੇ ਕੋਈ ਸੋਚਦਾ ਨਹੀਂ ਜੀ, ਬਿਲਕੁਲ। ਹਾਂਜੀ, ਅਤੇ ਤੁਸੀਂ ਕੁਛ ਕਹਿਣਾ ਚਾਹੋਗੇ? ਇਸ ਮੈਂ ਜੀ ਖੁਦ ਆਪ ਕੰਮ ਕਰਿਆ ਜੀ ਪੰਚਾਇਤ ਦਾ, ਇਹ ਜੀ MLA ਦੇ ਜਾਂਦੀ ਆ, ਜਾਂ ਬੱਬੂ ਸਰਪੰਚ ਹੁੰਦਾ ਸੀ ਅਕਾਲੀ ਪਾਰਟੀ ਦਾ, ਅਤੇ ਇਹਨੇ ਕੰਮ ਤਾਂ ਬਹੁਤ ਵਧੀਆ ਕਰੇ ਆ ਜੀ, ਜੇ ਸੋਚੀਏ ਤਾਂ ਕੰਮ ਵੱਲੋਂ ਤਾਂ ਪੱਖੋਂ ਨਹੀਂ ਗਾ, ਪਾਰਟੀ ਵਾਈਜ਼ ਦਾ ਸਵਾਲ ਹੁੰਦਾ ਜੀ, ਹੁਣ ਮੈਂ ਤਾਂ ਬਥੇਰਾ ਕਰਿਆ ਜੀ, ਹੁਣ ਇਹਨਾਂ ਦਾ ਕਾਂਗਰਸ ਦਾ ਸੀਗਾ, ਅਜੇ ਤੱਕ ਸ਼ੁਰੂ ਵੀ ਨਹੀਂ ਹੋਇਆ ਜੀ। ਅਤੇ ਤੁਹਾਨੂੰ ਲੱਗਦਾ ਜੇ ਕੈਪਟਨ ਸੰਦੀਪ ਸੰਧੂ ਜੀ ਕੈਂਪੇਨਿੰਗ ਕਰ ਰਹੇ ਨੇ, ਜੇ ਉਹ ਜਿੱਤ ਜਾਂਦੇ ਤੁਹਾਨੂੰ ਉਹਨਾਂ ਤੋਂ ਕੋਈ ਉਮੀਦਾਂ ਨਜ਼ਰ ਆਉਂਦੀਆਂ ਨੇ? ਇਹ ਕੁਛ ਕਹਿ ਨਹੀਂ ਸਕਦੇ, ਮਨਿਆਦ 2.5 ਸਾਲ ਰਹਿ ਗਈ, ਅੱਧੀ ਤਾਂ ਲੰਘ ਗਈ ਜੀ, ਜਾਂਦੀ 100% ਜਾਂਦੀ, ਜਿਹੜਾ ਚੰਗਾ ਕੰਮ ਕਰਦਾ ਪਿੰਡ ਦੀ ਖਾਤਰ ਕਰਦਾ, ਜਾਂ ਦੁੱਖਦਾ ਸੁੱਖਦਾ ਸੁਣਦਾ ਆਉਂਦਾ ਵੀ ਹੈ ਜੀ, ਨੁਕਿਆ ਕਈ ਤਾਂ ਲੀਡਰ ਹੁਣ ਆਉਂਦੇ ਨਹੀਂ ਗਏ, 4 ਦਿਨ ਆ ਜਾਣਗੇ ਜੀ, ਕਈ ਫੁਲਕਾ ਆਇਆ ਸੀਗਾ ਇਹ ਝਾੜੂ ਵਾਲਾ, ਅਤੇ ਉਦੋਂ ਜੀ ਨੁਕਿਆ ਉਹ ਪਹਿਲਾਂ ਤਾਂ ਤੱਪੜ 'ਤੇ ਬਹਿ ਕੇ ਨੁਕਿਆ ਜਾਂਦੀ ਲੈ ਗਿਆ ਵੋਟਾਂ ਜੀ, ਮੁੜ ਕੇ ਇੱਥੇ ਆ ਕੇ ਸਾਰ ਵੀ ਨਹੀਂ ਪੁੱਛੀ। ਕੈਮਰਾਮੈਨ ਅਮਨਦੀਪ ਕੇ ਸਰ, ਸ਼ਿਪਰਾ ਬਸਰੀਜਾ, ਟਾਈਮਸ ਪੰਜਾਬ TV।